ਸਾਸ਼ਕਾ ਦੋਸਤੋ ਕੀ ਹਾਲ ਚਾਲ ਨੇ ਤੇ ਲੈ ਕੇ ਹਾਜ਼ਰ ਹਾਂ ਪੰਜਾਬੀ ਇੰਡਸਟਰੀ ਦੀ ਨਵੀਂ ਅਪਡੇਟ। ਜਦ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਕਾਮੇਡੀ ਫਿਲਮ ਦੀ ਗੱਲ ਆਉਂਦੀ ਹੈ ਤੇ ਸਮੀਪ ਕੰਗ ਨੂੰ ਕਾਮੇਡੀ ਫਿਲਮਸ ਦੇ ਵਿੱਚ ਦਾ ਬੈਸਟ ਡਾਇਰੈਕਟਰ ਮੰਨਿਆ ਗਿਆ। ਕੈਰੀ ਔਨ ਜੱਟਾ ਵਰਗੀ ਸੁਪਰ ਡੁਪਰ ਹਿੱਟ ਫਿਲਮਸ ਸਮੀਪ ਕੰਗ ਦੇ ਹੀ ਨਿਰਦੇਸ਼ਨ ਹੇਠਾਂ ਬਣੀਆਂ ਨੇ ਤੇ ਹੁਣ ਸਮੀਪ ਕੰਗ ਦੇ ਡਾਇਰੈਕਸ਼ਨ ਹੇਠਾਂ ਇੱਕ ਹੋਰ ਫਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਟਾਈਟਲ ਹੈ ਬਾਈ ਜੀ ਕੁੱਟਣਗੇ। ਬਾਈ ਜੀ ਕੁੱਟਣਗੇ ਦਾ ਆਫੀਸ਼ੀਅਲ ਪੋਸਟਰ ਹਾਲ ਹੀ ਦੇ ਵਿੱਚ ਰਿਲੀਜ਼ ਕਰ ਦਿੱਤਾ ਗਿਆ ਜਿਹਦੇ ਵਿੱਚ ਉਸਦੀ ਰਿਲੀਜ਼ ਡੇਟ ਵੀ ਮੈਂਸ਼ਨ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਬਾਈ ਜੀ ਕੁੱਟਣਗੇ ਫਿਲਮ 27 ਮਈ 2022 ਨੂੰ ਰਿਲੀਜ਼ ਕੀਤੀ ਜਾਵੇਗੀ। ਸੰਤੋਸ਼ ਐਂਟਰਟੇਨਮੈਂਟ ਸਟੂਡੀਓ ਦੇ ਬੈਨਰ ਹੇਠਾਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਜਾਏਗਾ। ਬਾਈ ਜੀ ਕੁੱਟਣਗੇ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਨਿਰੂਪਮਾ ਐਂਡ ਹੈਡਲਾਈਨ ਦੀ ਪੌਂਟੀਵਸ ਨੇ। ਇਸ ਫਿਲਮ ਦੇ ਵਿੱਚ ਕੌਣ ਹੋਵੇਗਾ ਇਸ ਦਾ ਖੁਲਾਸਾ ਪੋਸਟਰ ਦੇ ਵਿੱਚ ਤੇ ਨਹੀਂ ਕੀਤਾ ਗਿਆ, ਲੇਕਿਨ ਸਮੀਪ ਕੰਗ ਨੇ ਆਪਣੇ ਇੰਸਟਾਗ੍ਰਾਮ ਦੇ ਉੱਪਰ ਇਸ ਪੋਸਟ ਦੇ ਵਿੱਚ ਦੇਵ ਖਰੋੜ, ਉਪਾਸਨਾ ਸਿੰਘ, ਗੁਰਪ੍ਰੀਤ ਕੁੱਗੀ ਨੂੰ ਟੈਗ ਕੀਤਾ ਤੇ ਵੈਲ ਭਾਈ ਜੀ ਕੁੱਟਣਗੇ ਫਿਲਮ ਐਕਸ਼ਨ ਕਾਮੇਡੀ ਜੋਨਰ ਦੀ ਹੋਵੇਗੀ। ਐਕਸ਼ਨ ਕਾਮੇਡੀ ਫਿਲਮ ਦੇ ਵਿੱਚ ਹੋਰ ਕੌਣ ਹੋਣਗੇ ਇਹ ਜਾਣਨ ਲਈ ਹਜੇ ਸਾਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇਗਾ। ਭਾਈ ਜੀ ਕੁੱਟਣਗੇ ਫਿਲਮ ਦੇ ਵਿੱਚ ਐਕਸ਼ਨ ਕਾਮੇਡੀ ਇਸ ਦਾ ਖੁਲਾਸਾ ਵੀ ਹੋ ਗਿਆ, ਬਟ ਐਕਸ਼ਨ ਕਾਮੇਡੀ ਫਿਲਮ ਦੇ ਵਿੱਚ ਇਸ ਦਾ ਕਿਤੇ ਹੋਰ ਜ਼ਿਕਰ ਨਹੀਂ ਕੀਤਾ ਗਿਆ। ਇਹ ਜਾਣਨ ਲਈ ਪੰਜਾਬੀ ਇੰਡਸਟਰੀ ਦੀ ਸਾਰੀ ਅਪਡੇਟਸ ਕਰਨਾ ਪਵੇਗਾ ਕਿਉਂਕਿ ਮੇਨ ਲੀਡ ਦੇ ਵਿੱਚ ਅਜੇ ਕਰੋੜ ਹੋਣਗੇ ਇਸ ਦਾ ਖੁਲਾਸਾ ਹੋ ਗਿਆ, ਬਟ ਐਕਟ੍ਰੈਸ ਕਿਹੜੀ ਹੋ